delegates from various countries, from various universities of the world, the members of the SCPC, the members of various regular management committee, the principals of our sister institutions, the teachers and students of University of Delhi and this college, from our sister institutions, from our schools, the students of University of Delhi, let me take this special privilege to welcome you all on this beautiful morning. Today is a great occasion for the students and staff of Sri Guru Tegh Bahadur Khalsa College. The year 2019 is being celebrated as 550th birth anniversary of our great Guru Guru Nanak Sahib. Sunil Ardas Swami Mere Sarv Kala Banai Prakat Pai Sagre Joge Antar Guru Nanak Ki Badhiyai. On this occasion, on behalf of the students and staff, I once welcome you again. The spirit and the vision behind today's conference is Siddhartha Lochan Singh Ji, the chairman of this college. It was his vision which we are going to translate into practice by organizing and by inviting intellectuals from all over the world. We have always believed that Guru Nanak's philosophy and legacy is not confined to the followers of one community or religion. It is the shared heritage of humanity. ਸਾਡੇ ਅੱਜ ਦੇ ਜਿਹੜੇ ਮੁੱਖ ਮਹਿਮਾਨ ਲੌਂਗੋਵਾਲ ਜੀ ਸਿੱਖਾਂ ਦੀ ਵਰਲਡ ਵਾਈਡ ਇਲੈਕਟਿਡ ਬਾਡੀ ਦੇ ਹੈੱਡ ਜਿਹਨੂੰ ਸਾਰੀ ਦੁਨੀਆ ਮੰਨਦੀ ਹੈ ਐਸਜੀਪੀਸੀ ਦੇ ਹੈੱਡ ਅੱਜ ਆਏ ਹਨ ਸਾਡਾ ਸਹਿਯੋਗ ਦਿੱਤਾ ਹੈ ਪਰ ਸਰਦੀਪ ਸਿੰਘ ਪੁਰੀ ਦੀ ਪੁਜੀਸ਼ਨ ਇੱਕ ਇਸ ਤਰ੍ਹਾਂ ਦੀ ਹੈ ਕਿ ਮੈਂ ਕਈ ਵਾਰੀ ਪਹਿਲਾਂ ਵੀ ਕਿਹਾ ਕਿ ਭਰਾਵੋ ਦੁਨੀਆ ਦੀ ਸਭ ਤੋਂ ਵੱਡੀ ਬਾਡੀ ਹੈ ਯੂਐਨ ਤੇ ਉਹਦੀ ਬਾਡੀ ਹੈ ਜਿਵੇਂ ਪਾਰਲੀਮੈਂਟ ਚੋਂ ਕੈਬਨਿਟ ਹੁੰਦੀ ਹੈ ਸਿਕਿਉਰਿਟੀ ਕੌਂਸਲ ਸਾਰੇ ਇੰਡੀਆ ਨੂੰ ਪਿਛਲੇ 70 ਸਾਲ ਵਿੱਚ ਇੱਕ ਵਾਰੀ ਮੌਕਾ ਮਿਲਿਆ ਸਿਕਿਉਰਿਟੀ ਕੌਂਸਲ ਦਾ ਚੇਅਰਮੈਨ ਬਣਨ ਦੀ ਉਹ ਮੌਕਾ ਇਸ ਸਰਦਾਰ ਪਗੜੀ ਬਾਰੇ ਨੂੰ ਮਿਲਿਆ ਇਸ ਤੋਂ ਵੱਡੀ ਗੁਰੂ ਨਾਨਕ ਸਾਹਿਬ ਦੀ ਵਡਿਆਈ ਕਰਨ ਦਾ ਮੌਕਾ ਕਿ ਇੱਕ ਸਾਲ ਇਹ ਪਗੜੀ ਵਾਲਾ ਸਾਰੀ ਦੁਨੀਆ ਵਿੱਚ ਰੋਜ਼ ਚਮਕਦਾ ਰਿਹਾ ਤਨ ਤਨ ਗੁਰੂ ਨਾਨਕ ਹੁੰਦੀ ਰਹੀ ਵੀ ਇਹ ਕੌਣ ਹੈ ਇਹ ਪਗੜੀ ਵਾਲਾ ਸਰਦਾਰ ਉਹ ਹੈ ਸਰਦੀਪ ਸਿੰਘ ਪੁਰੀ ਅਸੀਂ ਬਹੁਤ ਮਸ਼ਹੂਰ ਹਾਂ ਮੋਦੀ ਜੀ ਦੇ ਜਿਨ੍ਹਾਂ ਨੇ ਇਹਨਾਂ ਨੂੰ ਇਹ ਪਦਵੀ ਦਿੱਤੀ ਅਤੇ ਅੱਜ ਸਾਡੀ ਇਹ ਸ਼ਾਨ ਵਧਾ ਰਹੇ ਇਹਨਾਂ ਦੇ ਨਾਲ ਬੈਠੇ ਨਵਤੇਜ ਸਿੰਘ ਜੀ ਸਰਨਾ ਮੈਂ ਉਹਨਾਂ ਨੂੰ ਕਿਹਾ ਕਿਉਂਕਿ ਇਹਦੇ ਪਿਛਲੇ ਮਹੀਨੇ ਰਿਟਾਇਰ ਹੋਏ ਨੇ ਇੰਡੀਅਨ ਅੰਬੈਸਡਰ ਇਨ ਅਮੈਰੀਕਾ ਉਸ ਤੋਂ ਪਹਿਲਾਂ ਸਨ ਇੰਡੀਅਨ ਅੰਬੈਸਡਰ ਇਨ ਲੰਡਨ ਉਸ ਤੋਂ ਪਹਿਲਾਂ ਇੰਡੀਅਨ ਅੰਬੈਸਡਰ ਇਨ ਇਜ਼ਰਾਈਲ ਟਾਪ ਡਿਪਲੋਮੈਟਿਕ ਪੋਸਟ ਤੋਂ ਰਿਟਾਇਰ ਹੋ ਕੇ ਆਏ ਅਤੇ ਅੱਜ ਇਹਨਾਂ ਆਉਣ ਤੋਂ ਬਾਅਦ ਪਹਿਲਾ ਫੰਕਸ਼ਨ ਮੈਂ ਗਿਆ ਅੱਜ ਤੁਸੀਂ ਸਾਡੀ ਕੌਮ ਦੇ ਇਸ ਫੰਕਸ਼ਨ ਸ਼ਾਮਲ ਹੋ ਅਤੇ ਤੁਸੀਂ ਸਾਡੀ ਸ਼ਾਨ ਵਧਾ ਰਹੇ ਹੋ ਭਰਾਵੋ ਜਿੰਨੇ ਅੱਜ ਇਸ ਪ੍ਰਿੰਸੀਪਲ ਜਸਵਿੰਦਰ ਸਿੰਘ ਨੇ ਜੋ ਕਿਹਾ ਸਾਡਾ ਏਮ ਇਹ ਸੀ ਇਸ ਸ਼ੋਅ ਦਾ ਕਿ ਅਸੀਂ ਉਹ ਸਕਾਲਰ ਲੱਭੀਏ ਜਿਨ੍ਹਾਂ ਨੇ ਆਪਣੇ ਜੀਵਨ ਵਿੱਚ ਗੁਰੂ ਨਾਨਕ ਸਾਹਿਬ ਅਤੇ ਸਿੱਖ ਧਰਮ ਬਾਰੇ ਲਿਖਿਆ ਹੋ ਅਸੀਂ ਕੋਸ਼ਿਸ਼ ਇਹ ਕੀਤੀ ਸੀ ਕਿ ਸਾਰੇ ਦੁਨੀਆ ਦੇ ਇਹ ਬੁਲਾਏ ਜਾਣ ਜਿੰਨੇ ਤੁਸੀਂ ਆਏ ਹੋ ਸਾਰੇ ਕਾਲਜ ਵਾਲੇ ਬਹੁਤ ਮਿਹਨਤ ਕੀਤੀ ਹੈ ਸਾਰੇ ਸਟਾਫ ਨੇ ਯੂਨੀਅਨ ਨੇ ਕਿ ਅੱਜ ਅਸੀਂ ਦੋ ਦਿਨ ਦਾ ਇਹ ਪਹਿਲਾ ਮੇਰੇ ਖਿਆਲ ਵਿੱਚ ਇੰਟਰਨੈਸ਼ਨਲ ਸਮਾਗਮ ਹੈ ਅਕੈਡੈਮਿਕ ਵਰਲਡ ਵਿੱਚ ਔਰ ਇਹਦੇ ਲਈ ਮੈਂ SCPC ਦਿੱਲੀ ਗੁਰਦੁਆਰਾ ਕਮੇਟੀ ਦਾ ਧੰਨਵਾਦ ਦਿੰਦਾ ਕਿ ਅਸੀਂ ਇਸ ਨੂੰ ਇਸ ਲੈਵਲ 'ਤੇ ਲੈ ਗਏ ਹਾਂ ਤਾਂ ਕਿ ਮੈਂ ਤਾਂ ਲੌਂਗੋਵਾਲ ਜੀ ਨੂੰ ਬੇਨਤੀ ਕਰਾਂਗਾ ਕਿ ਪਰਸੋਂ ਇੱਕ ਬਹੁਤ ਵੱਡੀ ਇਤਿਹਾਸਿਕ ਗੱਲ ਹੋਈ ਹੈ ਕਿ ਲਾਹੌਰ ਯੂਨੀਵਰਸਿਟੀ ਗੁਰੂ ਨਾਨਕ ਚੇਅਰ ਅਸਟੈਬਲਿਸ਼ ਹੋ ਗਈ ਕੱਲ੍ਹ ਦੇ ਟ੍ਰਿਬਿਊਨ ਪਾਰ ਕਰੋ ਮੈਂ ਬੇਨਤੀ ਕਰਾਂਗਾ ਲੌਂਗੋਵਾਲ ਜੀ ਹਾਲਾਤ ਠੀਕ ਹੋ ਜਾਣ ਤੁਸੀਂ ਤਾਂ ਹਰਦੀਪ ਪੁਰੀ ਬੈਠੇ ਹੋ ਸਾਡੇ ਕੌਮ ਦੇ ਸ਼ਾਨ ਇੱਕ ਲਾਹੌਰ ਜਾ ਕੇ ਇਹੋ ਜਿਹਾ ਸੈਮੀਨਾਰ ਪੰਜਾਬ ਯੂਨੀਵਰਸਿਟੀ ਨਾਲ ਕਰਾਓ ਤਾਂ ਕਿ ਪਾਕਿਸਤਾਨ ਦੇ ਲੋਕਾਂ ਨੂੰ ਪਤਾ ਲੱਗੇ ਕਿ ਗੁਰੂ ਨਾਨਕ ਜੀ ਪਾਕਿਸਤਾਨ ਦੇ ਲੋਕਾਂ ਨੂੰ ਕੀ ਦੇਣ ਇੱਕ ਵਾਰੀ ਫਿਰ ਆਇਆਂ ਦਾ ਧੰਨਵਾਦ ਤੁਹਾਡਾ ਜਿੰਨੇ ਬੈਠੇ ਹੋ ਆਹ
प्रबंध कमेटी के सहयोग के नाल इंटरनेशनल पद्धर का जो ये कॉन्फ्रेंस की जा रही है, श्री गुरु नानक देव साहब महाराज जिन्हों का 550 साल प्रकाश पुरब असी सारे मना जा रहे हैं। मैं समझा कि असी बहुत ही भाग्यशाल कि साड़ी जिंदगी दे विच ये 550 साल दिवस जिहड़ा प्रकाश दिवस आ रहा है और ये सारे संसार दे विच मनाया जाना है। जिथे श्रोमणी गुरुद्वारा प्रबंधक कमेटी वालों वखरे तौर पर पंजाब दे विच नगर कीर्तन किए जा रहे ने, सैमीनार किए जा रहे ने, इस तरह देश के दे सूबे वख-वख सूबयां दे विच भी सैमीनार किए जाएंगे, नगर कीर्तन भी सजाए जाएंगे। और मैं बहुत खुशी हुई है कि भारत सरकार वालों विशेष तौर के उत्ते श्री गुरु नानक देव साहब महाराज के 550 साल प्रकाश पुरब को मुख रखते हुए बहुत सारे जिहड़े प्रोग्राम लिखे जा रहे हैं, वो तुहानू पूरी जी आप सारा कुछ दसणगे। कि इस तरह के कि मैं भी पिछले दिनों के जिस तरह भारत सरकार ने और प्राइम मिनिस्टर मोदी जी ने यह उपराला किया, पुरी जी ने साडे जो हरदीप सिंह पुरी जी ने इन्होंने बहुत बड़े उपराले किए ने, जिहड़ियां साडियां बाहरले देशों के एजेंसियां ने और उत्थे भी श्री गुरु नानक देव साहब महाराज के 550 साल इस प्रकाश पुरब को मनाया जाना है। पिछले दिन ही मैं भी अजरबाइन की जिहड़ी और राजधानी है बाकू उत्थे भी गया सी, उत्थे साडी एजेंसी के 550 साल मनाया गया, भावे उत्थे साडे पंजाबियों की जां हिंदुस्तानियों की बहुत घट लोग वसदे ने, लेकिन मैं भी देखा कि बड़े उत्साह के नाल बहुत वधिया तरीके दे नाल सारा उत्थे 550 साल एजेंसी के मनाया। उत्थे दे लोगों नूं पता लग्या कि गुरु नानक साहब की फिलासफी की है, गुरु नानक साहब का जीवन किस तरह का सी, क्योंकि ये साढ़े को एक ऐसा समा जिहड़ा ये आया है कि सारी दुनिया नूं दसना है। जिवें उस्ताद त्रिलोचन सिंह हुरी दस रहे सन कि गुरु नानक देव जी फिलोसफी उन्हां सिद्धांत उन्हां दा मिशन जिहड़ा सी अज तों 550 साल पहला बहुत वड्डा विजन सी उन्हां दा, जिहड़े अज असीं देख रहे हां साइंसदान भी इस गल नूं मनदे ने, स्कॉलर भी मनदे ने और सारिया थ्योरिया भी बहुत बड़िया जिहड़ियां ने वह भी मैं समझना ये मानते हैं कि जिस तरह की थ्योरी गुरु नानक देव साहब ने संसार दे विच आके सानू दित्ती, ऐसी थ्योरी ऐसी विचारधारा कितों नहीं मिल सकती। वी आर स्टिल लिविंग इन दैट फेज इफ यू लुक एट इट इन द राइट पर्सपेक्टिव। इफ यू गो अ फ्यू किलोमीटर्स अवे फ्रॉम हियर towards South Delhi, you still see Lodi tombs. And the Lodi dynasty was ruling when Guru Nanak was born. If you go a little further south, you still see Qutub Minar, which is 200 years and more before the birth of Guru Nanak. And these things are still with us. Humayun's tomb. Humayun was trying to save his empire when Guru Nanak Sahib passed away. Babur, who founded the Mughal dynasty, came during his life. And if you look around the world, somehow ironically, the world knows everything else that was happening at that time, so they also need to know what Guru Nanak Sahib was all about. The same time that Guru Nanak Sahib was living, Christopher Columbus, looking for fabled India, actually found the New World. Magellan completed his voyage around the world. The College of Corpus Christi, which still stands in Oxford University, was built at that time. Vasco da Gama found the route to India. We all know about this, the world know about this, but we think that Guru Nanak was, I think the world needs to correct the impression that Guru Nanak was some ancient figure lost in the hoary mists of time.
The point I'm trying to make is that we are not dealing with an ancient person or with an ancient philosophy. We are dealing with a person who is very recent. His impact is very recent. His message is very fresh. What makes this sound a little more difficult to believe is that there is lack of precise historical material about his own life. I know there have been atlases made about his journeys, but there is no definitive itinerary of his journeys. There are no eyewitness accounts of his life. And he himself did not write about himself, because he saw himself as a messenger of a supreme reality who was here to witness the world, to correct the wrongs, and to define a path for us. So if the way he saw himself, if he had begun to write about himself, it would have belied his message. So what we do have is the writings of Bhai Gurdas, which was a few decades after Guru Nanak, and that gives some biographical detail. And then we have the Janam Sakhis, which were also written a few decades and more after Guru Nanak. And this audience knows very well that there are several cycles of Janam Sakhis, and they have inherent contradictions, and some are considered more correct than the other. So this lack of detail that we have is something that distances us from his life and his times, and this is what needs to be corrected. And how it can be corrected is to focus on his writings, because his writings contain his message. There are almost 1,000 hymns written by Guru Nanak Sahib himself in the Guru Granth Sahib, which is all very highly sophisticated poetry written to classical music. And this is shows us, his writing shows us, that we are in the presence of a tremendous intellect, a supreme poet, and a great visionary who was a spiritual master, the like of which has rarely been seen in this world. Able to anticipate what the world would require at this point of time. And I mentioned that the United Nations adopted the 2030 agenda, or the Sustainable Development Goals, in the year 2015. And if you look at those 17 goals, I see the inspiration, philosophy, and teachings of Guru Nanak resonate through most of them. And if I have your permission, I will just take you through a few of those sustainable development goals to illustrate what I am trying to say. Goal 1 is end poverty in all its forms everywhere. Goal 2 is end hunger, achieve food security, and improve nutrition, and promote sustainable agriculture. Now, anyone who is not a Sikh, but has even a nodding acquaintance of the Sikh faith, will tell you that because of hard work, because of dedication, and because of community effort, the Sikh faith and community don't have poverty as it is understood elsewhere. And those who are in need are aptly served through the Langar Seva. And I was mentioning that during my days in the United Nations, serving on the Security Council, when we came across periods of intense conflict in theaters all around the world, including in Syria, it was so heartwarming to find Sikh groups from Europe, from other parts of the world, carrying out Langar Seva in war-torn areas.
And they were doing this not to seek any recognition, not to seek any political mileage, but these were completely selfless contributions made to those who were in need of that kind of support. As a proud citizen of Delhi, I was born here. I am delighted when I hear stories that how thrice a week the Delhi Langar Seva Society performs Langar Seva outside the All India Institute of Medical Sciences. How paramedics perform selfless service outside Gurdwara Sisgarh. And I could go on multiplying the instances. Why do they do this? I think it is part of the essential teachings of the Sikh faith. Service. Standing up for justice. Martyrdom and sacrifice is another defining characteristics. And I could go on that for hours, but let me come back to the sustainable development goals. Others before me have talked about this. Goal 5, achieve gender equality in empower all women and girls. I mean, this is part of the Guruji's teachings and have been. And the Sikh community, I think, displays more gender parity. I'm not saying that we are 100% there, but I think the respect for women, treating women as equals, is very central to the religion. समझ सकी और समझा सकी है, बहुत बड़ी अचीवमेंट होगी। गुरु नानक देव महाराज जी का एक एक शब्द उच्चारण किया साड़ी जिंदगी की शुरुआत अगर असी जिंदगी की करते हैं मूल मंत्र तो शुरू करते हैं जपजी साहब के पाठ तो करते हैं गुरु नानक देव महाराज जी ने शुरुआत की। जे असी अपने अंत समय की गल करिए और सब तो जिथे असी अंत समय के कीर्तन सुहेला पढ़िया जाता है ये भी गुरु नानक देव महाराज जी ने सानू बाणी दिती। अपने जीवन के एक एक गल दे विच उन्होंने सानू उपदेश दिता जिस तरह मेरे तो पहला हुणे लौंगोवाल साहब ने भी गल की कि किस तरह नाम जपो कीर्त करो मन छकन की गल की गुरु नानक देव महाराज जी ने। जे प्रकृति की गल करिए
ते वड़ा दर्जा दिता पवन गुरु पानी पिता माता दर्द महत। जे संवाद की गल करिए जो सब तो वड़ी लोड़ है अज की दुनिया के डायलॉग दिता जिदे करके अज अमन शांति की अगर गल होंगी है तो थ्रू डायलॉग जी हो सकती है। जे ऊंच नीच और धर्म की गल करिए ऐसी मिसाल दी कि एक तरफ भाई बाला एक तरफ भाई मरदाना जी ने अपने नाल रखिया और कदी भी धर्म परिवर्तन की गल नहीं की उन्होंने नाल। जे धुरो आई बाणी की गल करिए जिहड़ी भी बाणी उचारण करके संगतां तक पहुँचाई उहदा सूत्रधार उन्होंने भाई मरदाने नूं बनाया कि मरदाना कि रबाब छेड़ ते संगतां नूं इहदी इस बाणी नाल जोड़िया। मैं समझदा कि गुरु नानक देव महाराज जी दा जीवन काल के उत्ते जो फिलोसफर जो स्कॉलर इत्थे गल करन जा रहे हैं इन्हां दी गल सानूं संगतां तक लोड़ है कि दिल्ली नहीं हिंदुस्तान नहीं विश्व भर दे विच इस मैसेज नूं पहुँचाइए How can Guru Nanak's philosophy and the traditional practice of Gurbani Kirtan be relevant in today's pedagogy? Well, Guru Nanak's vision embraces diversity, and the path that he has set is not only meaningful today to young Guru Sikhs coming from the diasporic communities settled in the United States, but it equally touches the mind of all those who come across it, offering the same opportunity to experience the power of transformation that the practice of traditional Gurbani Kirtan entails. As in other South Asian traditions, the musical setting of the divine word is functional in the process of memorization of the texts, and the melodic and rhythmic structure can be a powerful tool to support the practitioner's meditation on the hymns. However, as Christopher Shackle and Arvind Parmander note, the purpose of setting the guru's word to a raga is to make an impression on the ego or self-conscious aspect of the listener's mind in such a way that it is forced into dialogue with its unconscious aspect, the heart or soul. When these two different aspects of the mind speak to each other, it is said to be attuned with its divine ground. As I've recently discussed in an article on sound and pilgrimage in Sikh culture, Kirtan is not only an aspect of the external worship, but the musical setting of the Bani rather serves this process of internal transformation from a self-being, Manmukh, into a guru-oriented self, Gurmukh. Quoting Guru Arjan Shabad in Rag Ramkali, Bhajam Man Tan Taj Tana Pao Napiga Kale. The notes that the Kirtanya plays are the renunciation of pride and power. His feet, her feet, keep the beat on the straight path. A path that elsewhere in the Guru Granth Sahib is defined as sharper than the razor's edge, finer than a hair. This is a grand path, Mahamarga Panta Bikra, a grand path that is very difficult to walk and requires instructions that have been transmitted in both written and oral forms through verses enshrined in Guru Granth Sahib, the Shabad Guru, the Bani Guru. This is Guru Nanak's Marg, in which Kirtan can be a tool for self-discipline, education, and literacy. Padre Baba, 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 Padre Baba,
And I try to connect it to an audience in which we can break out of the isolation of Punjab language. And I want him to connect with Nagarjuna and Buddha and Shankara and but not just Indian philosophers, Western philosophers, Heidegger, Nietzsche, Hegel. And to do that, we need to bring the ideas and the concepts into translation, how they get translated into the West. The West has a hegemonic structure over the world through an academic structure that was implanted during colonialism. And those Christian, secular and religious concepts, monotheism, morality, modernity, were all authored by Christian cultures. And we are all being translated into that culture. And when we get translated, we're the negative. We're religion, they're secular. We're myth, they're history. In this way, we get erased out of history. But because we don't know the language of their ruling, their power, their hegemony, I'm working to break open that hegemony so that the Sikh voice can be heard in English, in French, in German, to break open the hegemony that keeps denying us a voice. So my work is basically philosophical and religious, but it's also to do with power and how language gets to describe and fix people. I'm breaking up the concepts that deny us a voice. Pehli gal te tin cheezan jadiyan Guru Nanak Sahib san sikhaiyan unna tinna utte bada acha hi discussions hoiyan. Literature bahut zaruri cheez hai, jis cheez di zameer nahi hai, jidi history nahi hai, agar is history padhange nahi तो साड़ी जिहड़ी 550 सालां दी हिस्ट्री है उन्हूं असी किस तरह अगे अगले 450 साल वाले आने वाले होणगे असी उन्हूं किस तरह यूज़ करांगे उही फैक्ट है मेरे ख्याल हर पंजाबी नूं डज नॉट मैटर मेरे वास्ते पंजाबी सिख हैगा मुसलमान हैगा हिंदू हैगा जिहड़ा गुरु नानक दे प्रिंसिपल नूं मनदा है और गुरु नानक दा जिहड़ा प्रिंसिपल हैगा उसदे नाल जिहड़ा सिखिज़म बणिया है ओह लेटेस्ट न्यूएस्ट ਰਿਲੀਜ਼ਨ ਹੈਗਾ ਵਰਲਡ ਦਾ ਮੈਂ ਕੋਈ ਵੀ ਬੁੱਧੀਜੀਵੀ ਹੈਗਾ ਜਿਹੜਾ ਗੁਰੂ ਨਾਨਕ ਨੂੰ ਸਮਝਦਾ ਹੈ ਉਹ ਇਸ ਨੂੰ ਕੋਈ ਹੋਰ ਪੁੱਛਣ ਦੀ ਜ਼ਰੂਰਤ ਨਹੀਂ ਹੈ ਅਗਰ ਉਹ ਗ੍ਰੰਥ ਸਾਹਿਬ ਦਾ ਇੱਕ ਪੇਜ ਇੱਕ ਪੰਨਾ ਇੱਕ ਸਲੋਕ ਪੜ੍ਹ ਲਵੇ ਜਾਂ ਜਪਜੀ ਸਾਹਿਬ ਦਾ ਪਾਠ ਹੀ ਸਮਝ ਲਵੇ ਤਾਂ ਜ਼ਿੰਦਗੀ ਪਾਰ ਅੱਛੀ ਨਾਲ ਹੋ ਸਕਦੀ ਹੈ ਆਈ ਹੈਵ ਅ ਸਪੈਸ਼ਲ ਲਵ ਐਂਡ ਰਿਸਪੈਕਟ ਫੋਰ ਦ ਟੀਚਿੰਗਸ ਆਫ ਗੁਰੂ ਨਾਨਕ ਦੇਵ ਜੀ ਨੰਬਰ 1 ਨੰਬਰ 2 ਆਈ ਹੈਵ developed Sikh Research Center in the main Gurudwara of Bangladesh, Gurudwara Nanak Shahi. I started the Sikh Research Center there and I started the course on Sikhism in 1994 and in the Department of World Religions of Dhaka University Sikhism is taught as a compulsory paper, so and that is why this Sikh community has a special love and respect for me, and they think that this is my contribution for the Sikh community. Puri Germany de vich ik pagala professor ha Guru Maharaj di badi kripa hai. ਉਹ ਮੇਰੇ ਸਾਥੀ ਜਿਹੜੇ ਨੇ ਉਹ ਗੁਰਮੁਖੀ ਪੜ੍ਹਾਉਂਦੇ ਨੇ ਅਤੇ ਉਹਨਾਂ ਦੇ ਨਾਲ ਜਿਹੜੀ ਸਾਡੀ ਕੰਬੀਨੇਸ਼ਨ ਹੈਗੀ ਹੈ ਕਿ ਅਸੀਂ ਸਿੱਖਿਜ਼ਮ ਮੈਂ ਸਿੱਖਿਜ਼ਮ ਪੜ੍ਹਾਉਂਦਾ ਅਤੇ ਉਹ ਗੁਰਮੁਖੀ ਪੜ੍ਹਾਉਂਦੇ ਨੇ ਅਤੇ ਇਹ ਕੰਬੀਨੇਸ਼ਨ ਸਾਡੇ ਮੇਨਲੈਂਡ ਯੂਰਪ ਦੇ ਵਿੱਚ ਇੰਗਲੈਂਡ ਨੂੰ ਛੱਡ ਕੇ ਇੱਕ ਬੜੀ ਯੂਨੀਕ ਕੰਬੀਨੇਸ਼ਨ ਹੈਗਾ
कि जिथे दोनों चीज़ा धर्म के बारे ज्ञान ते भाषा दोनों कट्ठिया है तो सानू इस चीज़ तो बड़ा फख्र है। सिख लिटरेचर के काम मेरे जो कुलीग ने हरबंस सिंह पनेसर उन्होंने वो शुरू किया से तो उस काफ़ी सारी ट्रांसलेशन करते हैं पर मेरा जोड़ा चैलेंज होंदा है उत्थे क्योंकि सानू सिख धर्म के बारे जिन्ना पढ़ना पैंदा है वो सारा हिंदी इंग्लिश गुरमुखी है पर उसनू सारे नू पढ़ के ग्रासप करके तो सानू जर्मन दे विच पढ़ाना पैंदा है क्योंकि बच्चों की लैंग्वेज जी टीचिंग लैंग्वेज साड़ी हैगी जर्मन हैगी है पर उस नालों वड्डा जिहड़ा होर पर बड़ा सोहना चैलेंज जिहड़ा हैगा वो ये हैगा कि असी अपने बच्चों जिस वेले उत्थे सिखिज़म पढ़ाई दी हैगी तो उन्होंने असी फिर नाल इंडिया भी लैके आई दा इत्थे उन्होंने गुरुद्वारे के दर्शन भी कराए देने दिल्ली च नौ इतिहासिक गुरुद्वारे ने सानू सारे नू पता है असी फिर इतों अपनी यात्रा शुरू करते हैं नाल फिर अपनी यूनिवर्सिटीज़ नू विजिट करते जाइदा हैगा असी पंजाब यूनिवर्सिटी चंडीगढ़ जाइदा पंजाबी यूनिवर्सिटी पटियाले जाइदा है रस्ते जो कोई कॉलेज आ जाए असी जिस तरह आनंदपुर साहब गए उत्थे खालसा कॉलेज असी थोड़ा टाइम बिता लईदा बच्चों के नाल फिर असी गुरु नानक देव यूनिवर्सिटी अमृतसर जाइदा हैगा तो उस दे नाल की हुंदा है कि बच्चे जिहड़ा कि एक थियोरेटिकल सिख रिलीजन सिख दे हैगे ने उन्हां वास्ते फिर एक बड़ा अच्छा एक मौका हुंदा हैगा कि वो इस लाइफ नूं प्रैक्टिकली भी देखन जबकि वो उत्थे साडे कोल गुरुद्वारे भी मैं उन्होंने लैके आना तो सारे रीत रिवाज गुरुद्वारे दे जिन्नी भी सारी प्रथा हैगी उन्होंने सिखाई दी हैगी है। ਸਦਾ ਮੇਲਾ
ਪੰਜਾਬ ਹੈ, ਦਿੱਲੀ ਹੈ, ਮੈਨੂੰ ਤਾਂ ਇੰਝ ਲੱਗਦਾ ਵੀ ਅਸੀਂ ਸਭ ਤੋਂ ਗਰੀਬ ਕੌਮ ਹੈ। ਸਿੱਖ ਸਕਾਲਰਸ, ਸਿੱਖ ਪ੍ਰੈਕਟੀਸ਼ਨਰਸ ਐਂਡ ਸਿੱਖ ਪਾਲਿਸੀ ਮੇਕਰਸ ਹੈਵ ਕਮ ਟੂਗੈਦਰ ਟੂ ਥਿੰਕ ਹਾਓ ਵੀ ਸ਼ੁੱਡ ਸੈਲੀਬ੍ਰੇਟ ਦ 550th ਈਅਰ ਐਂਡ ਵਾਟ ਇਜ਼ ਦ ਵੇ ਫੋਰਵਰਡ ਜਿਹੜੇ ਰਿਕਮੈਂਡੇਸ਼ਨਸ ਵਿੱਚ ਆਏ ਨੇ। ਮੈਂ ਤੁਹਾਡੇ ਸਾਹਮਣੇ ਖੜਾ, ਮੈਂ ਸਿੱਖ ਸਕਾਲਰ ਤਾਂ ਨਹੀਂ ਹੈਗਾ, ਮੈਂ ਇਕੋਨਮਿਸਟ ਹੈਗਾ, ਪਰ ਜੋ ਨਿੱਕਾ ਮੋਟਾ ਮੈਨੂੰ ਸਿੱਖੀ ਦੀ ਸਮਝ ਆਈ ਹੈ, ਇਹ ਖਾਲਸਾ ਕਾਲਜ ਜਦੋਂ ਮੈਂ ਪੜ੍ਹਦਾ ਸੀ 1977 ਤੋਂ 1980 ਤੱਕ, ਉਦੋਂ ਜਿਹੜੇ ਮੈਂ ਕਾਨਫਰੰਸਿਸ ਅਟੈਂਡ ਕਰਦਾ ਸੀ ਖਾਲਸਾ ਕਾਲਜ ਦੇ, ਗੁਰਦੁਆਰਾ ਸਾਹਿਬ ਸਨ, ਪ੍ਰਿੰਸੀਪਲ ਰੰਧਾਵਾ ਸਨ, ਸਾਡੇ ਪ੍ਰੋਫੈਸਰ ਜਗਵਿੰਦਰ ਸਿੰਘ ਜੀ ਸਨ ਜਿਹੜੇ ਸਾਨੂੰ ਪੰਜਾਬੀ ਪੜ੍ਹਾਉਂਦੇ ਸਨ, ਉੱਥੋਂ ਇੱਕੋ ਗੱਲ ਮੈਨੂੰ ਸਮਝ ਆਈ ਹੈ ਕਿ ਜਿਹੜੀ ਗੁਰੂ ਨਾਨਕ ਦੇਵ ਜੀ ਦੀ ਫਿਲੋਸਫੀ ਹੈ ਉਹ ਤਾਂ ਸਾਂਝੀ ਵਾਰਤਾ ਦੀ ਫਿਲੋਸਫੀ। ਅਸੀਂ ਸਿਰਫ ਬਾਬਾ ਸ੍ਰੀ ਚੰਦ ਜੀ ਦੀ ਗੱਲ ਕਰ ਰਹੇ, ਮਨ ਤਾਂ ਸਾਰੇ ਆਪਣੇ ਲੱਗਦੇ ਨੇ। ਜਿੱਥੇ ਜਿੱਥੇ ਵੀ ਸਿੰਧੀਆਂ ਦੇ ਗੁਰਦੁਆਰੇ ਜਾਓ, ਉਦਾਸੀਆਂ ਦੇ ਗੁਰਦੁਆਰੇ ਜਾਓ, ਕੀ ਸਾਡਾ ਫਰਜ਼ ਨਹੀਂ ਅਸੀਂ ਇਹਨਾਂ ਨੂੰ ਆਪਣੇ ਨਾਲ ਜੋੜੀਏ? ਅਗਰ ਇਹ ਸਾਰੇ ਸਾਡੇ ਨੇ ਸਾਂਝੀਵਾਲਤਾ ਦੀ ਗੱਲ, ਦੇਖੋ ਗੁਰੂ ਨਾਨਕ ਦੇਵ ਜੀ ਦੀ ਮਿਸਾਲ ਲਓ, ਗੁਰੂ ਨਾਨਕ ਦੇਵ ਜੀ ਕਮਾਲ ਦੀ ਗੱਲ ਕਰ ਰਹੇ ਨੇ। ਸਵੇਰ ਦੇ ਸੈਸ਼ਨ ਵਿੱਚ ਉਹ ਕਹਿ ਰਹੇ ਸਨ ਕਿ ਗੁਰੂ ਨਾਨਕ ਦੇਵ ਜੀ ਯੋਗੀ ਦੀ ਨਿੰਦਾ ਕਰਦੇ ਨੇ, ਮੁਸਲਮਾਨ ਦੀ ਨਿੰਦਾ ਕਰਦੇ ਨੇ, ਬ੍ਰਾਹਮਣ ਦੀ ਨਿੰਦਾ ਕਰਦੇ ਨੇ, ਪਰ ਗੁਰੂ ਨਾਨਕ ਦੇਵ ਜੀ ਦਾ ਜਿਸਲੇ ਅਖੀਰਲਾ ਸਮੇਂ ਆਇਆ ਸਰੀਰ ਦਾ, ਸਾਰੇ ਕਹਿ ਰਹੇ ਨੇ ਗੁਰੂ ਨਾਨਕ ਸਾਡਾ। ਸਿਰਾਂ ਉੱਤੇ ਪੱਗਾਂ ਪਰ ਦਾੜੀ ਕਿਉਂ ਮਨਾਈ ਜੇ, ਸਿੱਖ ਤੁਸੀਂ ਹੈ ਨਹੀਂ ਦੱਸੋ ਤੁਰਕੀ ਈਸਾਈ ਜੇ, ਮਾਂ ਤੋਂ ਜ਼ਿਆਦਾ ਬੱਚੇ ਬਾਪ ਤੋਂ ਨਹੀਂ ਡਰਦੇ, ਦੱਸੋ ਤਾਂ ਤੁਹਾਡੇ ਬੱਚੇ ਨਸ਼ੇ ਕਿਉਂ ਨਹੀਂ ਕਰਦੇ। ਅੰਤ ਵਿੱਚ ਬਸ ਹੁਣ ਵੀਰ ਮੇਰੇ ਰਹਿ ਗਏ, ਚੜ੍ਹਦੀ ਜਵਾਨੀ ਵਿੱਚ ਥੱਕ ਕੇ ਜੋ ਬਹਿ ਗਏ, ਤੁਹਾਡੇ ਜਿੱਡੇ ਵੀਰ ਘਰੋਂ ਚੁੱਕ ਚੁੱਕ ਮਾਰੇ ਨੇ, ਤੁਸੀਂ ਦੱਸੋ ਇੰਨੀ ਛੇਤੀ ਮਨੋਗੇ ਵਿਸਾਰੇ ਨੇ, ਉਹਨਾਂ ਦੀ ਸ਼ਹੀਦੀ ਦਾ ਥੋੜ੍ਹਾ ਜਿਹਾ ਮੁੱਲ ਪਾ ਲਿਓ, ਸਿਰ ਉੱਤੇ ਸੋਹਣੀ ਦਸਤਾਰ ਤਾਂ ਸਜਾ ਲਿਓ, ਬਾਜਾਂ ਵਾਲੇ ਗੁਰੂ ਸਾਨੂੰ ਆਪਣਾ ਬਣਾਇਆ ਸੀ, ਪੁੱਤ ਛਾਡੇ ਉਹਨਾਂ ਸਾਨੂੰ ਗਲ ਨਾਲ ਲਾਇਆ ਸੀ, ਕੀਤਾ ਇਤਬਾਰ ਵਿਸ਼ਵਾਸ ਨਾ ਤੋੜਿਓ, ਪੁੱਤਾਂ ਨੂੰ ਸਜਾ ਕੇ ਸਿੱਖ ਪੁੱਤ ਉਹਦੇ ਮੋੜਿਓ। ਅਸੀਂ ਇਹਨਾਂ ਸਾਰਿਆਂ ਦੀਆਂ ਸਪੀਚਸ ਵੀ ਰਿਕਾਰਡ ਕੀਤੀਆਂ ਨੇ, ਇਹਨਾਂ ਨੂੰ ਡਿਜੀਟਾਈਜ਼ ਕਰਕੇ ਪਬਲਿਕ ਪਲੇਟਫਾਰਮ 'ਤੇ ਵੀ ਲੈ ਕੇ ਆਵਾਂਗੇ। ਕੁਛ ਇੱਕ ਜਿਹੜੀਆਂ ਸੁਝਾਵ ਨਿਕਲ ਕੇ ਸਾਹਮਣੇ ਆਏ ਨੇ, ਉਹਦੇ ਵਿੱਚ ਇਹ ਸੀ ਕਿ ਇੱਕ ਗੁਰੂ ਨਾਨਕ ਸਾਹਿਬ ਦੇ ਪੀਸ ਅਵਾਰਡ ਜਿਹੜਾ ਇੰਸਟੀਚਿਊਟ ਕੀਤਾ ਜਾਏ, ਔਰ ਦੋਨਾਂ ਕਮੇਟੀਆਂ ਨੂੰ ਇਹ ਅਪੀਲ ਕੀਤੀ ਜਾਏ ਕਿ ਅਗਰ ਇਸ ਤਰੀਕੇ ਦਾ ਕੋਈ ਪ੍ਰੋਗਰਾਮ ਬਣਦਾ ਹੈ ਤਾਂ ਉਹਦੀ ਪੋਸੀਬਿਲਿਟੀ, ਉਹਦੀ ਸੰਭਾਵਨਾ ਜਿਹੜੀ ਹੈ ਉਹ ਐਗਜ਼ਾਮਿਨ ਕੀਤੀ ਜਾਣੀ ਚਾਹੀਦੀ ਹੈ। ਔਰ ਨਾਲ ਨਾਲ ਇਹ ਹੈ ਕਿ ਸਾਡੇ ਐਜੂਕੇਸ਼ਨ ਸਿਸਟਮ ਦੇ ਵਿੱਚ ਰਿਵਾਈਵਲ ਤਾਂ ਹੀ ਹੋ ਸਕਦਾ ਅਗਰ ਅਸੀਂ ਸੋਸ਼ਲ ਹਾਰਮਨੀ ਦੀ ਗੱਲ ਕਰੀਏ, ਅਤੇ ਗੁਰੂ ਨਾਨਕ ਸਾਹਿਬ ਦੀ ਬਾਣੀ ਜਿਹੜੀ ਹੈ ਉਹ ਇੱਕ ਸੋਸ਼ਲ ਹਾਰਮਨੀ ਦਾ ਸਭ ਤੋਂ ਵੱਡਾ ਸਾਡੇ ਕੋਲ ਇੱਕ ਸੋਰਸ ਹੈ। ਅਸੀਂ ਗੁਰੂ ਨਾਨਕ ਸਾਹਿਬ ਦੀ ਬਾਣੀ ਨੂੰ, ਗੁਰੂ ਨਾਨਕ ਸਾਹਿਬ ਦੇ ਵਿਚਾਰ ਨੂੰ ਕਿਤਾਬ ਦੀ ਫੋਰਮ ਦੇ ਵਿੱਚ ਜਾਂ ਕਿਸੇ ਹੋਰ ਲਿਟਰੇਚਰ ਦੀ ਫੋਰਮ ਵਿੱਚ, ਜੋ ਕਿ ਬੱਚਿਆਂ ਦਾ ਲੈਵਲ ਆਫ ਐਜੂਕੇਸ਼ਨ ਹੈ, ਉਹ ਪ੍ਰਾਇਮਰੀ ਲੈਵਲ ਦੇ ਬੱਚੇ ਨੇ ਜਾਂ ਉਹ ਸੈਕੰਡਰੀ ਜਾਂ ਸੀਨੀਅਰ ਸੈਕੰਡਰੀ ਲੈਵਲ ਦੇ ਬੱਚੇ ਨੇ, ਇਸੇ ਤਰੀਕੇ ਨਾਲ ਕਾਲਜ ਜਾਂ ਯੂਨੀਵਰਸਿਟੀ ਦੇ ਵਿੱਚ ਪੜ੍ਹਦੇ ਨੇ, ਅਤੇ ਉਹਨਾਂ ਦੇ ਲੈਵਲ ਦੇ ਮੁਤਾਬਕ ਉਹਨੂੰ ਉਸੇ ਸਿੰਪਲੀਫਾਈਡ ਤਰੀਕੇ ਦੇ ਨਾਲ ਬੱਚਿਆਂ ਨੂੰ ਗੁਰੂ ਨਾਨਕ ਸਾਹਿਬ ਦੀ ਬਾਣੀ ਦੇ ਨਾਲ ਜੋੜਿਆ ਜਾਏ, ਤਾਂ ਕਿ ਆਪ ਇੱਕ ਦੂਸਰੇ ਦਾ ਸਤਿਕਾਰ ਕਰਨਾ, ਇੱਕ ਦੂਸਰੇ ਨਾਲ ਪਿਆਰ ਕਰਨਾ, ਇੱਕ ਦੂਸਰੇ ਨਾਲ ਪ੍ਰੇਮ ਕਰਨਾ, ਇੱਕ ਦੂਸਰੇ ਦੀਆਂ ਕਦਰਾਂ ਕੀਮਤਾਂ ਭਾਵਨਾ ਦੀ ਦਾ ਸਤਿਕਾਰ ਕਰਨਾ ਜਿਹੜਾ ਉਹ ਅਸੀਂ ਬੱਚਿਆਂ ਨੂੰ ਸਿਖਾਈਏ, ਕਿਉਂਕਿ ਸਿਰਫ ਧਰਮ ਨੂੰ ਇੱਕ ਐਥੀਕਲ ਇੰਬੋਡੀਮੈਂਟ ਦੇ ਤੌਰ 'ਤੇ ਨਹੀਂ ਦੇਖਣਾ, ਬਲਕਿ ਉਹਨੂੰ ਪ੍ਰੈਕਟਿਸ ਦੇ ਵਿੱਚ ਲੈ ਕੇ ਆਉਣਾ। ਜਿਹੜਾ ਗੁਰੂ ਨਾਨਕ ਸਾਹਿਬ ਨੇ ਸਾਡਾ ਸਭ ਤੋਂ ਵੱਡਾ ਜਿਹੜਾ ਸਾਨੂੰ ਸੰਦੇਸ਼ ਦਿੱਤਾ ਹੈ ਕਿ ਕਿਰਤ ਕਰੋ, ਔਰ ਉਹ ਲੇਬਰ ਜਿਹੜੀ ਤੁਸੀਂ ਬਿਲਕੁਲ ਜਿਹੜੀ ਤੁਹਾਡੀ ਸੱਚੀ ਅਤੇ ਸੁੱਚੀ ਕਿਰਤ ਹੈ ਉਹ ਕਰਨੀ ਹੈ, ਔਰ ਰੱਬ ਦੀ ਰਜ਼ਾ ਦੇ ਵਿੱਚ ਰਹਿ ਕੇ, ਉਸ ਪਰਮਾਤਮਾ ਦੀ ਰਜ਼ਾ ਦੇ ਵਿੱਚ ਰਹਿ ਕੇ ਕਰਨੀ ਹੈ।